फैजा आंटी तू चमकीले ना दुगाना गाउन लगी आ हौले बोल चुड़ैल किसे थां दी तैनू किने फोन कीते मेरे एंट लई तू फोन क्यों नहीं चकदी खाला बंदा खाली हाथ आया खाली तुर जाना है नाले मैं 2 दिन बाद चली आ इंडिया ते 2 दिन दे 400 दे हिसाब नाल बणदे आ 25 पौंड ओ तू लै ले नशे करन लगे तेरे को पौंड हैगे आ रेंट देन लगे तैनू मौत पैंदी आ हाय मैं मर जा ना मैं केड़े नशे कीते आ ਵੇਖਿਆ ਮੈਂ ਤੇਰੇ ਰੂਮ ਚ ਗੋਲੀਆਂ ਦੀਆਂ ਡੱਬੀਆਂ ਹਾਂ ਤੂੰ ਮੇਰੇ ਮਗਰੋਂ ਮੇਰੇ ਰੂਮ ਦੀ ਤਲਾਸ਼ੀ ਲੈਂਦੀ ਫਿਰਦੀ ਆ ਤੇ ਮੇਰਾ ਘਰ ਆ ਮੈਂ ਜਿਹਦੇ ਮਰਜ਼ੀ ਰੂਮ ਦੀ ਤਲਾਸ਼ੀ ਲਵਾਂ ਮਾਇਰਾ ਹੱਦੀ ਹੋ ਗਈ ਆ ਮਾਇਰਾ ਮਾਇਰਾ ਤੇ ਮੈਗੀ ਖਾਣ ਡਈ ਅੰਦਰ ਮਾਇਰਾ ਇਧਰ ਆ ਕਿੰਨੀ ਵਾਰੀ ਮੈਂ ਤੈਨੂੰ ਕਿਹਾ ਇਹਦੇ ਕੋਲ ਨਹੀਂ ਜਾਣਾ ਆਈ ਆਈ ਹਾਈ ਫੈਜ਼ਾ ਆਂਟੀ ਵਿਚਾਰੀ ਮਲੂਕ ਜੀ ਜਿੰਦਾ ਕੰਨ ਹੀ ਮਰੋੜਦਾ ਐਵੇਂ ਨਹੀਂ ਤੂੰ ਭਰਾ ਹੋ ਜੀ ਮਾਇਰਾ ਦੀ ਖੜ ਜਾ ਤੈਨੂੰ ਮੈਂ ਦੱਸਦੀ ਆ ਨਹੀਂ ਤਾਂ ਕਿਤਾ ਹੱਥ ਲਾਇਆ ਮੈਨੂੰ ਹੁਣ ਦੇਖ ਕਿੱਧਰ ਭੱਜੀ ਜਾਂਦੀ ਆ ਚਲੋ ਓਏ ਲੋਕੋ ਚੜੇਲ ਪਾਗਲ ਹੋ ਗਈ ਲਾਡੋ ਚੜੇਲ ਮੈਂ ਕਿ ਤੂੰ ਕੱਲ ਕੱਲ ਯਾਰ ਲਾਡੋ ਹੋਰ ਦਰਵਾਜ਼ਾ ਇੱਧਰ ਆ ਨਹੀਂ ਨਹੀਂ ਮੈਨੂੰ ਹੱਥ ਕਿੱਧਰ ਲਾਇਆ ਇੱਦਾਂ ਕਿਤਾ ਚੱਲ ਹੁਣ ਬਾਹਰ ਆ ਨਾ ਮੇਰੀ ਗੱਲ ਤਾਂ ਸੁਣ ਮੈਂ ਦੱਸਦੀ ਆ ਮੈਂ ਹੁਣ ਨਿਕਲ ਬਾਹਰ ਨਾ ਇੱਦਾਂ ਨਹੀਂ ਮੈਂ ਤਾਂ ਪੁਲਿਸ ਬੁਲਾਉ ਹੱਥ ਕਿੱਧਰ ਲਾਇਆ ਇਹਨੇ ਮੈਨੂੰ ਪੂਰਾ 1 ਸਾਲ 2 ਮਹੀਨੇ ਦਾ ਕਿਰਾਇਆ ਦਿੱਤਾ ਮੈਂ ਆਂਟੀ ਨੂੰ ਜਾਲਾ ਕਿਤੇ ਆਨੇ ਦਾ ਲਿਆ ਜੋ ਵੀ ਦੀ ਅੱਖ 'ਚ ਇਹੋ ਜਿਹੇ ਦੇ ਮੇਲੇ 'ਚ ਪਰਸ ਗਵਾ ਜਾਂਦੇ ਤੇ ਲੱਭਦੀਆਂ ਸਸਤੇ ਸੰਦੂਕ 'ਚ ਫਿਰਦੀਆਂ ਇਹਦੇ ਲਈ ਮੈਂ ਸੁੱਖਾ ਸੁੱਖ ਦੀ ਰਹੀ ਹਾਂ ਹੈ ਵੀ ਦਾ ਘਰ ਜੁੜ ਜੇ ਤੇ ਮੇਰੇ ਨਾਲ ਹੀ ਸਿੰਘ ਫਸਾਉਣ ਡਈ ਆ ਕਿਸ਼ਨਪੁਰੇ 'ਚ ਨਾ ਫਿਰ ਇਹੋ ਜਿਹੇ ਨੂੰ 4 ਬੰਦੇ ਨਹੀਂ ਜੁੜਦੇ ਹੁੰਦੇ ਮੋਢਾ ਦੇਣ ਨੂੰ ਤੈਨੂੰ ਐਂ ਕਿਉਂ ਲੱਗਦਾ ਸਾਰੇ ਲੰਡਨ ਦਾ ਭਾਰ ਤੂੰ ਆਪਣੇ ਸਿਰ ਤੇ ਚੁੱਕਿਆ ਤੇਰਾ ਭਲਾ ਹੋ ਜਾ ਤੂੰ ਲੁੰਬੜੇ 'ਚ ਕਦੋਂ ਆ ਕੇ ਬਹਿ ਗਿਆ ਪਿੱਛੇ ਨਰੈਣੇ ਮੇਰਾ ਮੂਡ ਨਾ ਪਹਿਲਾਂ ਹੀ ਬਹੁਤ ਖਰਾਬ ਆ ਤੂੰ ਕੋਈ ਨਵਾਂ ਟੈਨਸ਼ਨ ਨਾ ਲਾ ਲਈ ਤੂੰ ਐਂ ਕਰ ਮੇਰੇ ਨਾਲ ਕੱਲ ਦਾ ਟਾਈਮ ਪਾ ਲਾ ਤੂੰ ਪੁਲਿਸ ਨੂੰ ਕਿਉਂ ਸਟੇਟਮੈਂਟ ਦਿੱਤੀ ਮੈਂ ਸੁਸਾਈਡ ਕਰਨ ਦੀ ਟਰਾਈ ਕੀਤੀ ਸੀ ਹਾਂ ਤਾਂ ਟਰਾਈਆਂ ਕੀਤੀਆਂ ਹੀ ਆ ਹੋਰ ਕਿਹੜਾ ਉੱਥੇ ਖੜ ਕੇ ਤੂੰ ਚੀਨਾ ਕਬੂਤਰ ਬਣ ਡਿਆ ਹਾਂ ਹੱਥ ਨਾ ਮੇਰੇ ਤੇਰੇ ਕਰਕੇ ਨਿਕਲੇ ਸੀ ਨਿਕਲੇ ਨਹੀਂ ਛੁੱਟੇ ਹੁੰਦੇ ਆ ਆਪਣਾ ਮਤਲਬ ਜਿਹੜੀ ਤੂੰ ਬਕਵਾਸ ਕਰੀ ਜਾਨੀ ਹੈ ਨਾ ਕਾਉਂਸਲ ਨੇ £25,000 ਦਾ ਮੈਨੂੰ ਫਾਈਨ ਲਾਤਾ ਕਿਵੇਂ ਕਰੂੰ ਮੈਂ ਪੇ ਤੇਰੇ ਨਾਲ ਨਾ ਕਿਸ਼ਨਪੁਰੇ ਕਲਾ ਦੇ ਤੱਤਿਆਂ ਦੀ ਨੂੰ ਵਾਲੀ ਹੋਈ ਆ ਕਿਸ਼ਨਪੁਰਾ ਪਤਾ ਨਾ ਤੇਰਾ ਪਿੰਡ ਜਸਬੀਰੋ ਨੇ ਨਾ ਆਪਣੀ ਸੱਸ ਕਰਤਾਰੋ ਨਾਲ ਲੜ ਕੇ ਨਹਿਰ 'ਚ ਛਾਲ ਮਾਰਦੀ 26 ਤੋਲੇ ਗਹਿਣਾ ਗੱਟਾ ਸਮੇਤ ਇੱਕ ਭਈਏ ਨੇ ਜਸਬੀਰੋ ਤਾਂ ਕੱਢ ਲਿਆ ਗਹਿਣਾ ਗੱਟਾ ਸਾਰਾ ਹੀ ਰੋੜ ਗਿਆ ਸਾਰਾ ਹੀ ਮੇਰਾ ਕੀ ਕੰਸਰਨ ਇਸ ਗੱਲ ਦੇ ਨਾਲ ਕੰਸਰਨ ਦੇ ਕਾਲਿਆ ਕੰਸਰਨ ਹੁਣ ਆਉਣ ਲੱਗਾ ਅੱਜ ਤੱਕ ਜਸਬੀਰੋ ਨੂੰ ਉਹਦੇ ਪੇਕਿਆਂ ਨੇ ਤੇ ਸਹੁਰਿਆਂ ਨੇ ਕੋਈ ਗਹਿਣਾ ਗੱਟਾ ਨਹੀਂ ਪਾਇਆ ਹੁਣ ਹਰ ਵਿਆਹ 'ਚ ਜਸਬੀਰੋ ਕਿਸੇ ਤੋਂ ਟੁੰਬਾ ਮੰਗ ਕਿਸੇ ਤੋਂ ਸੱਗੀ ਫੁੱਲ ਮੰਗ ਕਿਸੇ ਤੋਂ ਟਿੱਕਾ ਮੰਗ ਜੇ ਮੈਂ ਗਵਾਹੀ ਨਹੀਂ ਦਿੱਤੀ ਨਾ ਤੇ ਤੇਰੇ ਨਾਲ ਵੀ ਜਸਬੀਰੋ ਵਾਲੀ ਹੋਣੀ ਆ ਕਿਸੇ ਤੋਂ £1,000 ਮੰਗ ਕਿਸੇ ਤੋਂ 500 ਮੰਗ ਕਿਸੇ ਤੋਂ 200 ਮੰਗ ਦੈਟਸ ਗੋਨਾ ਕਿਲ ਮੀ ਤੈਨੂੰ ਨਹੀਂ ਪਤਾ ਉਹਨਾਂ ਦਾ ਨਰੈਣਾ ਹੱਲੇ ਨਾ ਮੈਨੂੰ ਬਹੁਤ ਭੁੱਖ ਲੱਗੀ ਆ ਪਹਿਲਾਂ ਰੱਜ ਕੇ ਕੋ ਖਾਂਦੇ ਆ ਫਿਰ ਕਰਦੇ ਨਾ ਤੇਰਾ ਹੀਲਾ ਨਹੀਂ ਲਾਡੋ ਨਹੀਂ ਹਾਏ ਮੈਂ ਮਰ ਗਈ ਮੇਰਾ ਸਿਰ ਪਾਟਣ ਡਿਆ ਬਿੱਲੀ ਮੇਰਾ ਸਿਰ ਪਾਟਣ ਡਿਆ ਮੈਨੂੰ ਦਵਾਈ ਦੇ ਦਿਓ ਕੋਈ ਬਿੱਲੀ ਮੈਨੂੰ ਦਵਾਈ ਦੇ ਜਾ ਕੋਈ ਬਿੱਲੀ ਇਹਨੂੰ ਦਵਾਈ ਦੇ ਯਾਰ ਇਹਦਾ ਮੂੰਹ ਬੰਦ ਹੋਵੇ ਅੱਜ ਪਤਾ ਲੱਗੂ ਇੱਥੇ ਕੀ ਚੱਲ ਰਿਹਾ ਕੀ ਚੱਲ ਰਿਹਾ ਜੀ ਕੁਛ ਨਹੀਂ ਚੱਲ ਰਿਹਾ ਹਟ ਬਲੀ ਨਾਨਾ ਜੀ ਤੇ ਡੈਡ ਆਏ ਸਬਰੀਨ ਦੱਸਦੀ ਸੀ ਤੇਰੀ ਤਬੀਅਤ ਖਰਾਬ ਹੈ ਮੈਂ ਤਾਂ ਠੀਕ ਹੈ ਜੀ ਬੱਲੀ ਬਿਮਾਰ ਸੀ ਅੱਛਾ ਆ ਵੇਖੋ ਤੁਰਿਆ ਨਹੀਂ ਜਾ ਰਿਹਾ ਅੱਛਾ ਦਾਦਾ ਜੀ ਆਇਆ ਸ਼ੁਕਰ ਆ ਤੇਰਾ ਪਿਓ ਨਹੀਂ ਆਇਆ ਸ਼ੁੱਕਰਵਾਰ ਨੂੰ ਆਏ ਨਹੀਂ ਤੁਸੀਂ ਬਹੁਤ ਮਿਸ ਕਰ ਰਹੇ ਸੀ ਤੁਹਾਨੂੰ ਸਤਿ ਸ਼੍ਰੀ ਅਕਾਲ ਬਲੀ ਜੀ ਸ਼ਰਾਬ 90% ਪਵਾੜੇ ਦੀ ਜੜਿਆ ਜ਼ਿਆਦਾਤਰ ਤਲਾਕ ਲੜਾਈ ਝਗੜੇ ਸ਼ਰਾਬ ਕਰਕੇ ਹੁੰਦੇ ਆ ਬਹੁਤ ਮਾੜੀ ਚੀਜ਼ ਆ ਨਹੀਂ ਪੀਣੀ ਚਾਹੀਦੀ ਠੀਕ ਹੈ ਜੀ ਅੱਗੇ ਤੋਂ ਨਹੀਂ ਪੀਂਦੇ ਹੈ ਕਮਲਾ ਜੇ ਇਸ ਉਮਰੇ ਨਹੀਂ ਪੀਓਗੇ ਪੀ ਕੇ ਲੜਾਈ ਝਗੜਾ ਨਹੀਂ ਕਰੋਗੇ ਤੇ ਕਦੋਂ ਕਰੋਗੇ ਹੈ
बली हीट करी यार ठंड। हाँ ठंड, मैं हीट ऑन करके आया। बली। हाँ जी। बैठ। हीट ऑन करन। तेरे नाल एक जरूरी गल करनी है। सबरीन दे फादर दे नाल मेरी 25 साल पुरानी यारी है। देखियो कि ते ऐस उम्रे तुड़वा ना दियो, क्योंकि मैं नहीं चाहता कि उन्हें पता लगे कि हैरी व्याह लई इंटरस्टेड नहीं है। अज असी सबरीन दे डैडी नू मिलना है। एक बार एंगेजमेंट करवा लो, फिर देखते हैं व्याह कदों करवाना है। हाँ मैं कहा इनू, समझता नहीं जी, ठंड बहुत है जी, मैं जैकेट पा के आया। एक हो तैनू ठंड बहुत लगती है, नाले मैं तुहानू किन्नी बार कहा है कि आ अपार्टमेंट छड़ दो, चल के अपने घर च रहो। हाय बिल्ली, मेरा सिर, मैनू लस्सी दा ग्लास दे दे, इक ठंडा, मेरा इन्ना सिर तपन दिया वा, सब कुछ गोल गोल घूमन दिया ना रहना, मैं तैनू क्या ही, मैनू नहीं पचदी। हाय रब बोलती जी हो रही है, हाय सारा कुछ घूमन दिया, बिल्ली छेती ला दे। अच्छा बर्फ दी सिली अंदर पई सी, ठंड तो लगनी सी। हैरी पुत्र, दो बेड़िया च पैर रखने वाला हमेशा डुबदा, कुड़िया पिछे भजोगे ना ते कामयाबी तो हथों दूर भजूगी। हाँ जी सॉरी जी, अगे तो नहीं करते। है कमला, जे इस उम्रे गलती नहीं करोगे तो फिर कदों करोगे साड़ी उम्र च। कामयाबी तो मिली जानी आ, इंजॉय। की गल कर रहे हो डैड? ओए मुंडियो, कौन है कुड़ी? ओ बोल दे क्यों नहीं, दसो। ओ मैं पूछदा कोई गर्लफ्रेंड? चलो फैसला बाद च कर लियो, पर मेरा जो भी बॉयफ्रेंड भज के मैनू फ्रिज चो लस्सी ला दो, मेरा दिल काला पैन दिया। लड्डो, आ मेरे नाना जी है, आ मेरे डैड। सासरीकाल। सासरीकाल जी। चंगा फिर मैनू लस्सी उत्ते ही फड़ा दियो। लस्सी पिला दे इनू। रजिंदर, मेरा ख्याल आपां नू चलना चाहिदा। चंगा गल सुन ले बल्ली, अज तो बाद एक कुड़ी इत्थे नजर नहीं आनी चाहिदी, समझे? आओ डैड। चलो लस्सी दा वेख लो जरा। चार सौ लगे डिलीवरी दी, मैं इन्नियां चावां डिलीवर कीतियां, अज पता लगा 8 पौना दी चाह ली ना जिगरा चाहिदा आ, इन्ने च पता साडे पूरे पिंड दी खंड पत्ती आ जांदी एक महीने दी। माफ कर दे लड्डो, जस गो अवे। हर नारायण, आई अपोलोजाइज, फॉरगिवनेस डज नॉट चेंज द पास्ट बट डज इनलार्ज द। अगे चाह डुल गई ना तो मिट गया सारा, आई एम सॉरी। वेला नारायणा, मैं तेरे लिए अंग्रेजी च भी टॉक करनी शुरू करती है सारी। ए ते ओही गल होगी, इले लैगी मुंडा ते ना जठेरियां दा। What do you mean? कसूर के होर दा ते गुस्सा के होर ते। हुण तैनू सबरीन पसंद नहीं ते सारा दिन उहदी कुछड़ च वड़िया रहिंदा वा, तू करनी आ फोटोग्राफी ते घरदिआं ने डाया वा डाक्टरी करन, ते गुस्सा लाडो ते ही निकलना वा। एवें ना उलझाना, जै जा तू मजाक कीता ना इहदी माफ़ी नहीं हुंदी। तैनू मेरी हर गल मजाक लगती है ना, पर कीता ते रब ने मजाक ही आ।
मैं 5 साल की ही जो मम्मी डैडी चल गए सारे कहते ही बड़ी दूर गए आ बस छेती आ जाना करते तो वह भी मजाक ही जड़ा एक बारी चल गया वह कदम मुड़िया वैसे दादी दादा बहुत प्यार करते पर दुनिया की कोई भी खुशी माँ की झिड़कों तो मिठी नहीं हो सकती तो जिंदगी की कोई भी नहमत प्यो की जफ्फी तो निघी नहीं हो सकती। मम्मी डैडी ना मैं प्यार ना लाडो लाडो कहते हैं तो जो उन्हों की बहुत याद आ ना गुस्से ना प्यार ना थे लाडो लाडो कह लें फिर ऐ लगता भी मेरे नाल ही तुरे फिरते हूँ आ गल भी तेनू मजाक ही लगती होनी है ना जो मैं 6 महीने का नहीं सह सकिया वो तो बचपन का सह रही नरैणे जी जिंदगी मरू मरू करके कढ़नी है ना तो दिन भी साल वांगू लंघणगे तो जे हर दिन ऐ जियो कि अज आखरी दिन आ तो जिंदगी तो सोहनी कोई चीज़ नहीं। तेरा भी लादा मैनू औखा ही आ कर दे तेरा कोई हल तेरे को हैरी पॉटर दी मैजिक स्टिक है ना कि ऐ घुमाई तो सारा कुछ ठीक हो जू मैजिक स्टिक तो सारे को हुंदी आ पर वर्तनी किसी किसी को आती है दस तो दस भी 16 मुर्गे का तेरे को 70 पौंड है गया हाँ क्यों समग्री लिख फिर थोड़े एक्सीडेंट तो एक दिन बाद लाडो किशनपुरे आ गई सी उन्हें आता पहला जाना सी जे तुसी उदी जिंदगी च ना आउंदे वो इंग्लैंड आई तो अपना इलाज करवाउण सी पर रुकी थोड़ी जिंदगी च रंग भरन ली इलाज कदा इलाज लाडो नूं ब्रेन ट्यूमर सी जदों डॉक्टरां ने उन्हें जवाब देता तो अपनी जिंदगी दे आखरी पल वो किशनपुरे बिताना चाहती सी लाडो नूं इस दुनिया तो गई नूं पूरा 1 महीना हो गया वो चाहती सी हर बंदा उसके हसदे चेहरे नूं याद रखे तो हसते हसते उस दुनिया तो चली गई हाँ 1 महीना यार एक की स्टोरी है तुसीं सानूं सारिआं नूं इदां बेवकूफ नहीं बना सकते आ सबरीन नूं पता लाडो हॉस्पिटल आई मैनूं मिलन नाना जी भी मिले हुए हैं मैं उन्हें घर लेके गया बल्ली दस यार परसों साडा विआह सी जिथे वो नहीं आई सानू पिंदर ने लाडो की हालत बारे उदों ही दसा सी जदों जदों तेनू होश आया लाडो किशनपुरे चा उह नहीं सी चाहुंदी कि उहदे जाण तों बाद भी हैरी दा उही हाल होवे जिन्हां हालातां चों ਉਹ ਹੈਰੀ ਨੂੰ ਕੱਢ ਕੇ ਗਈ ਸੀ ਜਾਣ ਤੋਂ ਬਾਅਦ ਲਾਡੋ ਨੂੰ ਬ੍ਰੇਨ ਟਿਊਮਰ ਆ ਉਹਨੂੰ ਕਿਸੇ ਦੀ ਹਮਦਰਦੀ ਨਹੀਂ ਸੀ ਚਾਹੀਦੀ ਇਸ ਕਰਕੇ ਉਹਨੇ ਕਿਸੇ ਨਾਲ ਕੋਈ ਰਾਬਤਾ ਨਹੀਂ ਰੱਖਿਆ ਮੇਰੇ ਨਾਲ ਵੀ ਨਹੀਂ ਜਦੋਂ ਮੈਂ ਤੈਨੂੰ ਇਹ ਗੱਲ ਦੱਸਣ ਲਈ ਹਸਪੀਟਲ ਆਈ ਮੈਂ ਦੇਖਿਆ ਤੂੰ ਇਕੱਲਾ ਹੀ ਗੱਲਾਂ ਕਰਦਾ ਪਿਆ ਸੀ ਲਾਡੋ ਤਾਂ ਤੇਰੇ ਨਾਲ ਹੈ ਹੀ ਨਹੀਂ ਸੀ ਹੈਰੀ ਸਾਨੂੰ ਡਾਕਟਰ ਨੇ ਤੇਰੀ ਹਲੂਸੀਨੇਸ਼ਨ ਬਾਰੇ ਪਹਿਲਾਂ ਹੀ ਦੱਸਤਾ ਸੀ ਵੀ ਤੈਨੂੰ ਲਾਡੋ ਦੇ ਭੁਲੇਖੇ ਪੈਂਦੇ ਆ ਸਿਰ 'ਤੇ ਸੱਟ ਲੱਗਣ ਕਰਕੇ ਹੈਰੀ ਨੂੰ ਹਲੂਸੀਨੇਸ਼ਨਸ ਹੋਣ ਲੱਗ ਗਈਆਂ ਲਾਡੋ ਦੇ ਨਾ ਹੁੰਦੇ ਹੋਏ ਵੀ ਉਹਨੂੰ ਲਾਡੋ ਦਿਖਾਈ ਦੇ ਰਹੀ ਹੈ ਪਰ ਇਸ ਸਟੇਜ 'ਤੇ ਅਸੀਂ ਪੇਸ਼ੈਂਟ ਨੂੰ ਕੋਈ ਬਹੁਤ ਵੱਡਾ ਸ਼ੌਕ ਨਹੀਂ ਦੇ ਸਕਦੇ ਉਹਦੀ ਹਲੂਸੀਨੇਸ਼ਨਸ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹੋ ਸਕਦਾ ਹੈ ਕਿ ਹੈਰੀ ਆਪਣਾ ਮੈਂਟਲ ਬੈਲੈਂਸ ਖੋ ਦੇਵੇ ਬਟ ਆਈ ਰਿਕਮੈਂਡ ਕਿ ਹੈਰੀ ਨੂੰ ਆਪਣੇ ਆਪ ਰਿਲਾਈਜ਼ ਹੋਣ ਦਿਓ ਕਿ ਲਾਡੋ ਨਹੀਂ ਹੈ ਹੈਰੀ ਪੁੱਤਰ ਜਿੱਦਣ ਤੂੰ ਘਰ ਵਿਆਹ ਦੀ ਗੱਲ ਕਰਨ ਆਇਆ ਸੀ ਨਾ ਲਾਡੋ ਤਾਂ ਉਦੋਂ ਵੀ ਨਹੀਂ ਸੀ ਤੇਰੇ ਨਾਲ ਤੇਰੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਆ ਤੂੰ ਡੇਟ ਫਿਕਸ ਕਰਕੇ ਸਾਨੂੰ ਦੱਸ ਦੀ ਅਸੀਂ ਪਹੁੰਚ ਜਾਵਾਂਗੇ ਰਜਿੰਦਰ ਕੁਝ ਗੱਲਾਂ ਸਮਝਾਈਆਂ ਨੇ ਜਾਂਦੀਆਂ ਵਕਤ ਦੇ ਨਾਲ ਇਹਦੀ ਪੀੜ੍ਹੀ ਇਹਨੂੰ ਸਮਝਾਓਗੇ
लाडो का सुभा ही यह जहा जड़ा उन्होंने मिलता सी उन्होंने लाडो नाल प्यार हो जाता सी पर लाडो नू प्यार थोड़े नाल होया। मैनू लगता जी उन्होंने सब कुछ पहला ही दस दिंदी ना तो शायद आ सब नहीं हुंदा। पर मुश्किल की है तेनू पहला भी तो किन्ने मुंडे ने दिल की गल दसी है। पहली बार मेरा किसी नू हाँ करन नू जी किया पर मेरे को इन्हें साई नहीं कि मैं उन्होंने हाँ कर सका। जिवें तुसी लाडो बिना पूरा महसूस नहीं कर रहे वो भी थोड़े बिना अधूरी सी।